ਦੋਸਤਾਂ ਦੇ ਨਾਲ ਘੁੰਮਣ ਗਏ ਇੱਕ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ। ਪਰਿਵਾਰ ਦੇ ਵੱਲੋਂ ਸ਼ੱਕ ਜਤਾਇਆ ਗਿਆ ਕਿ ਸਾਡੇ ਮੁੰਡੇ ਦਾ ਕਤਲ ਕੀਤਾ ਗਿਆ। ਦੂਜੇ ਬੰਨੇ ਜਿਸ ਦੋਸਤ ਨਾਲ ਘੁੰਮਣ ਗਿਆ ਸੀ ਉਸਨੇ ਦੱਸਿਆ ਕਿ ਇਸਦਾ ਐਕਸੀਡੈਂਟ ਹੋਇਆ ਜਿਸ ਦੌਰਾਨ ਇਹ ਜ਼ਖਮੀ ਹੋਇਆ। ਇਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਔਰ 8 ਦਿਨ ਕੋਮਾ ਦੇ ਵਿੱਚ ਰਿਹਾ, ਫਿਰ ਇਸਦੀ ਮੌਤ ਹੋ ਗਈ। ਤਾਂ ਪਰਿਵਾਰ ਦੇ ਵੱਲੋਂ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ। ਤਰਨ ਤਾਰਨ ਦੇ ਪਿੰਡ ਚਾਮਕੇ ਕਲਾਂ ਦਾ 17 ਸਾਲ ਦਾ ਇਹ ਨੌਜਵਾਨ ਅਭਿਨੂਰ ਸਿੰਘ ਜਿਸ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ, ਘਰੋਂ ਦੋਸਤ ਬੁਲਾ ਕੇ ਲੈ ਕੇ ਗਏ ਸੀ ਤਾਂ ਰਸਤੇ ਦੇ ਵਿੱਚ ਭਿਆਨਕ ਐਕਸੀਡੈਂਟ ਹੋਇਆ। ਉਸ ਤੋਂ ਬਾਅਦ ਇਹ ਨੌਜਵਾਨ ਜ਼ਖਮੀ ਹੋ ਗਿਆ, ਇਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਹ ਗੱਲ ਇਸ ਨੌਜਵਾਨ ਦੇ ਦੋਸਤ ਕਹਿ ਰਹੇ ਨੇ। 8 ਦਿਨ ਕੋਮਾ ਦੇ ਵਿੱਚ ਰਹਿਣ ਮਗਰੋਂ ਅੱਜ ਇਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੋਸਤ ਤੇ ਕਤਲ ਕਰਨ ਦਾ ਸ਼ੱਕ ਜਤਾਇਆ ਹੈ। ਦੂਜੇ ਬੰਨੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਮੇਰਾ ਨਾਮ ਬਲਜਿੰਦਰ ਸਿੰਘ ਹੈਗਾ, ਪਿੰਡ ਸਾਡਾ ਝਾਂਕੇ ਕਲਾਂ ਹੈਗਾ ਵਾ। ਜਿਹੜਾ ਅਰਸ਼ਦੀਪ ਸਿੰਘ ਆ ਸਾਡੇ ਮਿੰਡ ਨੂੰ ਘਰੋਂ ਲੈ ਕੇ ਗਿਆ ਵਾ ਤੇ ਰਾਤ 10:25 ਤੇ ਸਾਨੂੰ ਫੋਨ ਆਉਂਦਾ ਕਿ ਤੁਹਾਡੇ ਐਕਸੀਡੈਂਟ ਹੋਇਆ ਵਾ। ਪਰ ਜਦੋਂ ਉੱਥੇ ਜਾ ਕੇ ਵੇਖਿਆ ਤੇ ਜਿਹੜਾ ਮੁੰਡਾ ਮੌਕੇ ਸੀ ਕਰਨ, ਉਹ ਆਂਦਾ ਕਿ ਇਹ ਕੌਣ ਆ? ਉਹ ਆਂਦਾ ਕਿ ਮੇਰੇ ਮਾਮੇ ਦਾ ਮੁੰਡਾ ਵਾ, ਪਰ ਉਹਨੇ ਜਦੋਂ ਪਾਣੀ ਪਿਆ ਤੇ ਉਹ ਆਂਦਾ ਕਿ ਇਹ ਅਭਿਨੂਰ ਆ। ਫਿਰ ਉਹਨੇ ਸਾਨੂੰ ਕਾਲ ਕੀਤੀ ਆ ਕਿ ਇਸ ਤਰ੍ਹਾਂ ਐਕਸੀਡੈਂਟ ਹੋ ਗਿਆ ਤੇ ਅਸੀਂ ਇਹਨੂੰ ਇੱਥੇ ਜਮ੍ਹਾਂ ਕਰਵਾਤਾ ਆਪਣੇ ਹਸਪੀਟਲ ਤੇ ਬਾਅਦ 30-31 ਤਰੀਕ ਨੂੰ ਜਿਹੜਾ ਸੀ ਉਹ ਇਹਨਾਂ ਡਾਕਟਰ ਸਾਨੂੰ ਸੈਟੀਫਾਈ ਨਹੀਂ ਹੋਏ ਤੇ ਅਸੀਂ KDA ਹਸਪਤਾਲ ਲੈ ਗਏ ਇਹਨੂੰ ਇਲਾਜ ਦੌਰਾਨ। ਤੇ 6 ਤਰੀਕ ਨੂੰ ਰਾਤ 10:00 ਇਹ ਅਭਿਨੂਰ ਸਿੰਘ ਜਿਹੜਾ ਆਪਣਾ ਦਮ ਤੋੜ ਜਾਂਦਾ ਵਾ ਤੇ ਜਿਹੜਾ ਵਾ ਇਹ ਅਰਸ਼ਦੀਪ ਸਿੰਘ ਇਹਨੇ ਘਰੋਂ ਖੜਿਆ ਵਾ ਤੇ ਜੋ ਕਰਵਾਇਆ ਵਾ ਇਹ ਅਰਸ਼ਦੀਪ ਸਿੰਘ ਨੇ ਕਰਵਾਇਆ। ਤੁਹਾਨੂੰ ਕੀ ਲੱਗਦਾ ਕਤਲ ਹੋਇਆ? ਹਾਂਜੀ ਕਤਲ ਹੋਇਆ ਜੀ। ਦੋਸਤ ਸੀ ਉਹਦਾ, ਸਾਡੇ ਮੁੰਡੇ ਦਾ ਨਾਮ ਅਭਿਨੂਰ ਸਿੰਘ ਆ ਜੀ। ਸਾਡੀ ਇਹੋ ਮੰਗ ਹੈ ਕਿ ਸਾਨੂੰ ਜਿਹੜਾ ਇਨਸਾਫ਼ ਦਵਾਇਆ ਜਾਵੇ। ਦੇਖੋ ਜੀ, ਇਹ ਤਾਂ ਕਰਦੇ ਘਰ ਦੇ ਵਾਰਸ ਵੀ ਕਤਲ ਹੋਇਆ, ਕਤਲ ਨਹੀਂ ਇਹ ਮਤਲਬ ਜਦੋਂ ਆਏ ਆ ਇਹ ਝਾਂਕਾ ਤੋਂ ਤਰਨ ਤਾਰਨ ਨੂੰ, ਇਹ ਦੋਨੇ ਜਣੇ ਆਏ ਇਕੱਠੇ, ਮਤਲਬ ਇਹਨਾਂ ਦਾ ਰਸਤੇ ਦੇ ਵਿੱਚ ਐਕਸੀਡੈਂਟ ਹੋ ਗਿਆ ਹੈ। ਅਰਸ਼ਦੀਪ ਜਿਹੜਾ ਇਹਨੂੰ ਘਰੋਂ ਬੁਲਾ ਕੇ ਲੈ ਕੇ ਆਇਆ ਅਤੇ ਅਭਿਨੂਰ ਜਿਹੜਾ ਹੈ ਉਹਦੀ ਮਤਲਬ ਐਕਸੀਡੈਂਟ ਦੌਰਾਨ ਮਤਲਬ ਲਾਚਾਰ ਰਿਹਾ ਸੀਗਾ KD ਹੋਸਪਿਟਲ ਦੇ ਵਿੱਚ, ਜਿਨ੍ਹਾਂ ਦੀ ਇੱਥੇ ਡੈਥ ਹੋ ਗਈ ਹੈ। ਹੁਣ ਪੋਸਟਮਾਰਟਮ ਕਰਵਾ ਰਹੇ ਹਾਂ, ਉਸ ਤੋਂ ਤਫਤੀਸ਼ ਜਾਰੀ ਹੈ, ਉਸ ਤੋਂ ਅਗਲੀ ਕਾਰਵਾਈ ਜਿਹੜੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਾਂ, ਪਰਚਾ ਦਰਜ ਹੋਇਆ ਜੀ। ਇਹ ਪਰਚਾ 304 ਦਾ ਜੀ।